ਭਰਾਵਾਂ ਦੀ ਚਿੱਠੀ ਸੁਣ ਕੇ ਤੇ ਜਿਹੜੇ ਵੇਦ ਪਾਠੀ ਸੀ ਨਾ ਉਹ ਕਹਿੰਦੇ ਫਿਰ ਪੰਜਾਬ ਦੇਸ ਨੂੰ ਚੱਲ ਪਏ ਔਰ ਸਦਾ ਵੇਦ ਪਾਠੀ ਚੱਲੇ ਮਤਲਬ ਜਿਹੜੇ ਸੰਘ ਪ੍ਰਣਾਮ ਕੀ ਉਹ ਅੰਨ ਕਹਿ ਕਹਿ ਮਿਲੇ ਸੰਘ ਰਾਜਿਆਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਨਮਸਕਾਰ ਕੀਤੀ ਤੇ ਮਿਲੇ ਔਰ ਇਸ ਵਾਸਤੇ ਫਿਰ ਸਭਾ ਲਗਾ ਕਰਕੇ ਬੈਠ ਗਏ ਸਾਰੇ ਸਭਾ ਦਾਸ ਲੱਗੇ ਸਭਾ ਦੇ ਵਿੱਚ ਭਾਈ ਚਾਰੇ ਵੇਦਾਂ ਦਾ ਉਚਾਰਨ ਕਰਕੇ ਸੁਣਾਇਆ ਕਿ ਵੇਦਾਂ ਦੀ ਬਾਣੀ ਕਿਆ ਕਹਿੰਦੀ ਹੈ ਮਨੁੱਖਾਂ ਨੂੰ ਪੜੇ ਸਾਧ ਵੇਦਨ ਗੁਜਰ ਵੇਦ ਕਰਤਨ ਨਿਗਤ ਵੇਦ ਪਠਿਅਨ ਕਰੇ ਭਾਵ ਹਰਥਨ ਔਰ ਅਰਥ ਵੇਦ ਪਠਿਅਨ ਸੁਣੇ ਪਾਪ ਲਖਿਅਨ ਰਹਾ ਜੀ ਰਾਜਾ ਦੀਆ ਸਰਬ ਸਾਜਾ ਔਰ ਇਸ ਪ੍ਰਕਾਰ ਕਹਿੰਦੀ ਉੱਥੋਂ ਬੇਦੀ ਜਿਹੜੇ ਖਾਲਸਾ ਬੇਦੀ ਭਇਓ ਪਰ ਸੰਗ ਰਾਜ ਜਾ ਪਾਏਗਾ ਵੇਦ ਭਇਓ ਬੰਦਾ।